हेलो गाइस, वेलकम टू शुभर सोई। असी मोहाली तो जा रहे हैं कश्मीर, तो बाय रोड जा रहे हैं। किन्ने दिन? 100 ਆਪਾਂ ਸ਼੍ਰੀਨਗਰ ਜਾ ਰਹੇ ਹਾਂ। ਹਾਂ, ਤੇ ਆਪਾਂ ਲਗਭਗ ਸਵੇਰੇ 5:15 ਵਜੇ ਚੱਲੇ ਹਾਂ ਹੁਣ। ਤੇ ਪਠਾਨਕੋਟ ਤੋਂ 20-25 ਕਿਲੋਮੀਟਰ ਰਹਿ ਗਏ ਹਾਂ, ਆਪਾਂ 3 ਘੰਟੇ ਜੇ ਪਹੁੰਚ ਗਏ। ਮੈਨੂੰ ਉਮੀਦ ਹੈ ਕਿ ਆਪਾਂ 5 ਤੋਂ 6 ਵਜੇ ਤੱਕ ਆਪਾਂ ਸ਼੍ਰੀਨਗਰ ਪਹੁੰਚ ਜਾਵਾਂਗੇ। ਤੇ ਇੱਥੋਂ ਮੋਹਾਲੀ ਤੋਂ ਸ਼੍ਰੀਨਗਰ ਕਿੰਨੀ ਦੂਰ ਹੈ? 600 ਕਿਲੋਮੀਟਰ 600 ਕਿਲੋਮੀਟਰ ਲੱਗਦਾ। ਤੇ ਆਈਡੀਆ ਹੈ ਕਿ 12 ਘੰਟੇ ਦੇ 12 ਘੰਟੇ ਦੇ ਡਰਾਈਵ ਹੈ, ਤੇ ਬਹੁਤ ਵਧੀਆ ਰੋਡ ਹੈ। ਇਹ ਰੋਡ ਨੇ ਇਸ ਕਰਕੇ ਬਹੁਤ ਵਧੀਆ ਕਿ ਦਿੱਕਤ ਹੈ ਕਿ ਆਪਾਂ ਇੱਕ ਵਾਰੀ ਪਰੌਂਠੇ ਖਾ ਲੈਣੇ ਜੰਮੂ ਜਾਵਾਂਗੇ, ਜੰਮੂ ਬਾਈਪਾਸ ਤੋਂ ਬਾਅਦ ਫਿਰ ਆਪਾਂ ਕਸ਼ਮੀਰ ਐਂਟਰ ਕਰਾਂਗੇ। ਅਸੀਂ ਹੁਣ ਇੱਥੇ ਲਖਨਪੁਰ ਬਾਰਡਰ ਜਿਹੜਾ ਉਹ ਕ੍ਰੋਸ ਕੀਤਾ ਹੈ, ਰਾਵੀ ਦਾ ਦਰਿਆ ਉਹ ਤੁਹਾਨੂੰ ਦਿਖਾਇਆ ਹੈ। ਅਤੇ ਹੋਰ ਕੀ ਸੀ ਵੀ ਜਿਹੜਾ ਜਿਹਾ ਸੀ ਮਹਾਰਾਜਾ ਕਿਹੜਾ ਦਾ ਸੀ? ਮਹਾਰਾਜਾ ਗੁਲਾਬ ਸਿੰਘ, ਮਹਾਰਾਜਾ ਗੁਲਾਬ ਸਿੰਘ ਜੀ ਸਿੰਘ ਦਾ ਲੱਗਾ, ਜਿਹਨੇ J&K ਜਿਹੜਾ ਉਹ ਫਾਊਂਡਰ ਹੈ ਉਹਦਾ, J&K ਉਹਨੇ ਬਣਾਇਆ ਸੀ, ਮਹਾਰਾਜਾ ਰਣਜੀਤ ਸਿੰਘ ਦਾ ਲੜਕਾ। ਮਹਾਰਾਜਾ ਰਣਜੀਤ ਸਿੰਘ ਦਾ ਕਾਫੀ ਮੁੰਡੇ ਸੀ, ਦਲੀਪ ਸਿੰਘ ਛੋਟਾ ਸੀ, ਸਭ ਤੋਂ ਛੋਟਾ ਸੀ, ਮੈਨੂੰ ਵੀ ਨੌਲੇਜ ਦਾ ਹੋਰ ਪਤਾ ਲੱਗ ਗਿਆ। ਇਹ ਉਹਨੇ ਬਣਾਇਆ ਸੀ। ਆਹ ਲਖਨਪੁਰ ਬਾਰਡਰ ਆ ਗਿਆ, ਹੁਣ ਆਪਾਂ J&K ਐਂਟਰ ਕਰ ਰਹੇ ਹਾਂ, ਤੇ ਪਰ ਆਪਾਂ ਜਾਣਾ ਨਹੀਂ ਗਾ J&K। ਹੁਣ ਅਸੀਂ ਲਖਨਪੁਰ ਬਾਰਡਰ ਜਿਹੜਾ ਕ੍ਰੋਸ ਕਰਤਾ ਹੈ, ਫੋਨ ਸਾਡੇ ਹੋ ਗਏ ਬੰਦ, ਤੇ ਮੇਰਾ ਨਹੀਂ ਹੋਇਆ ਵੈਸੇ, ਪੋਸਟਪੇਡ ਨਹੀਂ ਹੋਏ ਹੋਏ ਆ, ਤੇ ਬਾਕੀ ਫੋਨ ਬੰਦ ਨੇ। ਤੇ ਦੇਖੋ ਅੱਗੇ ਕੀ ਜਰਨੀ ਆਉਂਦੀ ਹੈ। ਜੰਮੂ ਵੱਲੋਂ ਨਹੀਂ ਮਾਨਸਾ ਆਉਣਾ, ਜੰਮੂ ਵੱਲੋਂ ਤੇ ਫਿਰ ਸਾਂਬਾ ਹੀ ਆਣ ਕੇ ਇੱਧਰ ਹੀ ਆਉਣਾ ਹੁੰਦਾ। ਇਹ ਮਾਨਸਾ ਇੱਕ ਟੂਰਿਸਟ ਪਾਰਕ, ਪਿੰਡ ਦੀ ਘਰ ਦੀ ਬਰਫੀ ਅੰਮ੍ਰਿਤਸਰ ਦੀ ਪੂਰੀ ਫੇਮਸ। ਧਨੀਆ ਵਗੈਰਾ ਸੁੱਕਾ ਧਨੀਆ ਪਾ ਦਿਓ।